ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਇੱਕ ਵਾਰ ਫੇਰ ਸਰਗਰਮ ਹੁੰਦੇ ਹੋਏ ਨਜ਼ਰ ਆ ਰਹੇ ਨੇ। ਬੀਤੇ ਦਿਨੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਆਪਣੀ PhD ਦੀ ਡਿਗਰੀ ਮੁਕੰਮਲ ਕਰਨ ਅਤੇ ਡਿਗਰੀ ਦਾ ਪ੍ਰਮਾਣ ਪੱਤਰ ਹਾਸਲ ਕਰਨ ਉਪਰੰਤ ਹੁਣ ਸਮਾਜਿਕ ਧਾਰਮਿਕ ਅਤੇ ਸਿਆਸੀ ਜਗਤ ਵਿੱਚ ਚਰਨਜੀਤ ਸਿੰਘ ਚੰਨੀ ਸਰਗਰਮੀ ਨਾਲ ਵਿਚਰਦੇ ਹੋਏ ਨਜ਼ਰ ਆ ਰਹੇ ਨੇ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਉਹਨਾਂ ਦੇ ਬਿਆਨ ਲਗਾਤਾਰ ਚੱਲ ਰਹੇ ਨੇ ਅਤੇ ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਾਏ ਇਲਜ਼ਾਮਾਂ ਤੋਂ ਬਾਅਦ ਹੁਣ ਚਰਨਜੀਤ ਸਿੰਘ ਚੰਨੀ ਦਾ ਪ੍ਰਤੀਕਰਮ ਆਇਆ। ਲੰਘੇ ਕੱਲ੍ਹ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਚਰਨਜੀਤ ਸਿੰਘ ਚੰਨੀ ਨੇ ਇਸ ਸੰਬੰਧੀ ਆਪਣੀ ਗੱਲਬਾਤ ਜ਼ਾਹਰ ਕੀਤੀ ਹੈ। ਮੁੱਖ ਮੰਤਰੀ ਨੂੰ ਆਪਣੇ ਵੱਲੋਂ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਉਹਨਾਂ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਸੰਬੰਧੀ ਚੱਲ ਰਹੇ ਮਾਮਲੇ ਵਿੱਚ ਉਹਨਾਂ ਨੂੰ ਬੇਵਜ੍ਹਾ ਘਸੀਟਣ ਦੀ ਕੋਸ਼ਿਸ਼ ਹੋ ਰਹੀ ਹੈ। ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਗੁਰੂ ਸਾਹਿਬ ਦੇ ਸਨਮੁੱਖ ਅਰਦਾਸ ਵਿੱਚ ਵੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਦਿਲ ਦੇ ਵਲਵਲੇ ਸਾਂਝੇ ਕੀਤੇ ਅਤੇ ਇਸ ਉਪਰੰਤ ਉਹਨਾਂ ਪੰਜਾਬ ਸਰਕਾਰ ਸੰਬੰਧੀ ਵੀ ਗੱਲ ਕਰਦਿਆਂ ਇਹੀ ਕਿਹਾ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਡੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਉਹ ਆਪਣੇ ਸਟੈਂਡ ਉੱਪਰ ਕਾਇਮ ਰਹਿਣਗੇ। ਮੈਂ ਆਪ ਜੀ ਦੇ ਦਰ ਅੱਗੇ ਅਰਦਾਸ ਕਰਨ ਆਇਆ ਕਿ ਮੇਰੇ 'ਤੇ ਮੌਕੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 2 ਕਰੋੜ ਰੁਪਈਆ ਮੰਗਣ ਦੇ ਇਲਜ਼ਾਮ ਲਗਾਏ। ਜੇ ਗੁਰੂ ਸਾਹਿਬ ਮੈਨੂੰ ਜੋ ਕੁਝ ਦਿੱਤਾ ਤੁਸੀਂ ਦਿੱਤਾ, 2007 ਦੇ ਵਿੱਚ ਅਰਦਾਸ ਕੀਤੀ ਸੀ, 3 ਵਾਰ ਆਪਨੇ MLA ਬਣਾਇਆ, ਮੰਤਰੀ ਬਣਾਇਆ, ਮੁੱਖ ਮੰਤਰੀ ਬਣਾਇਆ, ਓਪੋਜੀਸ਼ਨ ਲੀਡਰ ਬਣਾਇਆ, ਸਭ ਕੁਛ ਆਪਦੇ ਦਰ 'ਤੇ ਮਿਲਿਆ। ਇਹਨਾਂ ਇਲਜ਼ਾਮਾਂ ਬਾਰੇ ਵਿੱਚ ਵੀ ਮੈਂ ਆਪ ਜੀ ਦੇ ਦਰ 'ਤੇ ਹੀ ਆਇਆ। ਮਹਾਰਾਜ, ਆਪ ਜੀ ਨੂੰ ਅਰਦਾਸ ਕਰਦਾ, ਸੱਚਾਈ ਬਿਆਨ ਕਰਦਾ ਕਿ ਮੈਂ ਕਦੇ ਵੀ ਕਿਸੇ ਨੂੰ ਆਪਣੇ ਭਾਣਜੇ ਕੋਲ ਨੌਕਰੀ ਲਈ ਪੈਸੇ ਲੈਣ ਲਈ ਨਹੀਂ ਭੇਜਿਆ, ਨਾ ਮੰਗੇ, ਨਾ ਹੀ ਮੈਂ ਕਦੇ ਆਪਣੇ ਭਾਣਜੇ ਭਤੀਜਿਆਂ ਰਾਹੀਂ ਕਿਸੇ ਤੋਂ ਨੌਕਰੀ ਦੇਣ ਦੇ ਜਾਂ ਬਦਲੀ ਕਰਨ ਦੇ ਕਦੇ ਪੈਸੇ ਲਏ, ਨਾ ਉਹਨਾਂ ਦੇ ਰਾਹੀਂ ਮੰਗੇ।